ਕਰਦੇ ਹਾਂ ਮੈਂ ਆ ਬਾਜ਼ਾਰ ਦੇ ਵਿੱਚ ਨਾ ਸ਼ਹਿਰ ਦੇ ਵਿੱਚ ਕਾਫੀ ਇੰਕਰੋਚਮੈਂਟ ਹੋ ਚੁੱਕੀ ਆ। ਇਹਦੇ ਬਾਰੇ ਪਹਿਲਾਂ ਵੀ ਮੀਟਿੰਗਸ ਵੀ ਕਰ ਲਈ ਅਸੀਂ ਵੱਖ ਵੱਖਰੀ ਯੂਨੀਅਨਾਂ ਦੇ ਨਾਲ ਵੀ ਅਤੇ ਰੇਹੜੀ ਯੂਨੀਅਨ ਵਾਲੇ ਵੀ ਮੀਟਿੰਗ ਹੋ ਚੁੱਕੀ ਸੀਗੀ। ਇਸ ਮੀਟਿੰਗ ਦੇ ਵਿੱਚ ਪਿਛਲੀ ਵਾਰ ਅਸੀਂ ਸਮੂਥ ਜਿਹੜਾ ਪੁਲਿਸ ਪ੍ਰਸ਼ਾਸਨ ਨਾਲ ਸੀਗਾ, ਪੁਲਿਸ ਵਾਲੇ ਵੀ ਸਾਰੇ ਜਿਹੜੇ DSP ਸਾਹਿਬ ਨਾਲ ਸੀਗੇ, ਨਾਲ SHO ਸਾਹਿਬ ਸੀਗੇ, ਖੁਦ ਇਹਨਾਂ ਨਾਲ ਮੀਟਿੰਗ ਹੋਈ ਸੀਗੀ। ਇਹ ਵਾਰਨਿੰਗ ਦੇ ਦਿੱਤੀ ਗਈ ਸੀਗੀ ਕਿ ਅੱਜ ਤੋਂ ਬਾਅਦ ਲੱਗਾ ਹੋਇਆ ਤਾਂ ਤੁਹਾਡਾ ਪਲੱਸ ਕਲੰਦਰਾ ਵੀ ਉੱਥੋਂ ਪੇਸ਼ ਹੋਊਗਾ, ਪੁਲਿਸ ਕੋ ਕੇਸ ਵੀ ਹੋਊਗਾ ਅਤੇ ਕਮੇਟੀ ਵੱਲੋਂ ਵੀ ਕਾਰਵਾਈ, ਉਹਨਾਂ ਦਾ ਸਮਾਨ ਵੀ ਜ਼ਬਤ ਹੋਏਗਾ। ਅੱਜ ਫਿਰ ਇਸੇ ਦੇ ਤਹਿਤ ਕਾਰਵਾਈ ਕੀਤੀ ਗਈ ਸੀਗੀ ਅਤੇ 3 ਬੰਦਿਆਂ ਦੇ ਖਿਲਾਫ਼ ਕਲੰਦਰੇ ਦੀ ਕਾਰਵਾਈ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ। ਬਾਕੀ ਦਾ ਅਸੀਂ ਸਮਾਨ ਚੁੱਕਿਆ ਅਤੇ ਮੇਰੇ ਖਿਆਲ 'ਚ 22 ਚਲਾਨ ਅਸੀਂ ਕੀਤੇ ਆ ਜਿਹੜੇ ਇਹਨਾਂ ਨੇ ਬਾਹਰ ਸਮਾਨ ਲਾ ਕੇ ਰੱਖਿਆ ਹੋਇਆ ਸੀ। ਗਾਂਹ ਵਾਸਤੇ ਪੁਲਿਸ ਪ੍ਰਸ਼ਾਸਨ ਨਾਲ ਸਾਡੀ SSP ਸਾਹਿਬ, DC ਸਾਹਿਬ ਨਾਲ ਪਹਿਲਾਂ ਮੀਟਿੰਗ ਹੋ ਚੁੱਕੀ ਸੀ ਇਸ ਬਾਰੇ ਕਿ ਵੀ ਇਸ ਦੀ ਸਖਤਾਈ ਤੋਂ ਬਗੈਰ ਇਹ ਨਹੀਂ ਲੋਕ ਪਿੱਛੇ ਕਰ ਰਹੇ ਹੈਗੇ ਆ, ਕਿਉਂਕਿ ਇਹਨਾਂ ਨੂੰ ਬੇਨਤੀ ਵੀ ਕਾਫੀ ਵਾਰਾਂ ਕਰ ਚੁੱਕੇ, ਕਾਫੀ ਵਾਰਾਂ ਮੀਟਿੰਗ ਕਰ ਚੁੱਕੇ ਆ, SDM ਸਾਹਿਬ ਵੀ ਇੱਕ ਵਾਰ ਇਹਨਾਂ ਨਾਲ ਮੀਟਿੰਗਸ ਕਰ ਚੁੱਕੇ, MLA ਸਾਹਿਬ ਵੀ ਮੀਟਿੰਗ ਕਰ ਚੁੱਕੇ, ਬਟ ਉਹ ਕੋਈ ਐਕਸ਼ਨ ਦਾ ਕੋਈ ਫਰਕ ਨਹੀਂ ਪੈ ਰਿਹਾ ਸੀਗਾ। ਪਰ ਹੁਣ ਸਾਰਾ ਵੇਖਿਆ ਤੁਹਾਡੇ ਨੁੱਕਰ ਤੇ ਦੁਕਾਨ ਆ ਬਾਹਰ ਤੇ, ਤੁਹਾਨੂੰ ਵੀ ਕਹਿੰਦਾ ਕਿ ਤੁਸੀਂ ਕਿਤਰਾ ਚੁੱਕ ਸਕਦੇ ਹੋ। ਉਹ ਤਾਂ ਚੁੱਕ ਕੇ ਵਿਖਾਤਾ, ਤੁਹਾਨੂੰ ਕਿਤਰਾ ਚੁੱਕ ਸਕਦੇ ਹੋ, ਉਹਦੇ 'ਚ ਕੀ ਹੈਗਾ? ਹੁਣ ਇਹਦਾ ਕੀ ਕਾਰਵਾਈ ਹੁੰਦੀ ਹੈ? ਕਾਰਵਾਈ ਉਹ ਪੁਲਿਸ ਵਾਲਿਆਂ ਨੇ ਉਹਨਾਂ ਦੇ ਕਲੰਦਰਾ ਪੇਸ਼ ਕਰਤਾ ਵਾ, ਈਵਨ ਉਹਦਾ ਪਰਚਾ ਦਰਜ ਹੋਣ ਲੱਗਾ ਵਾ। ਅਸੀਂ ਇਹਨਾਂ ਨੂੰ ਦੁਕਾਨਦਾਰ ਜਿੰਨੇ ਵੀ ਇਹਨਾਂ ਨੂੰ ਸਾਰਿਆਂ ਨੂੰ ਸਾਡੇ ਟ੍ਰੈਫਿਕ ਇੰਚਾਰਜ ਮੈਡਮ ਨੇ, SHO ਨੇ ਕਈ ਵਾਰ ਇਹਨਾਂ ਨੂੰ ਸਮਝਾਇਆ ਸੀ ਵੀ ਆਪਣਾ ਇੱਕ ਤਰਨ ਤਾਰਨ ਪਵਿੱਤਰ ਸ਼ਹਿਰ ਹੈ, ਇੱਥੇ ਆਪਣਾ ਲੋਕ ਮੱਥਾ ਟੇਕਣ ਆਉਂਦੇ ਆ, ਗਲੀਆਂ ਦੇ ਵਿੱਚ ਇਹਨਾਂ ਦਾ ਸਮਾਨ ਲੱਗਾ ਹੁੰਦਾ ਹੈ ਅਤੇ ਲੋਕਾਂ ਨੂੰ ਆਉਣ ਜਾਣ ਦੀ ਦਿੱਕਤ ਆਉਂਦੀ ਆ। ਅਸੀਂ ਹੁਣ ਅੱਜ ਇਹਨਾਂ ਦੀ ਜਿਹੜੀ ਆਪਣਾ ਸਮਾਨ ਜਿਹੜਾ ਇਹਨਾਂ ਦਾ EO ਸਾਹਿਬ ਨਾਲ ਲੈ ਕੇ ਇਹਨਾਂ ਦੇ ਚਲਾਨ ਕੱਟੇ ਆ। ਅਸੀਂ ਆਪਣਾ ਜੋ ਵੀ ਉਹਨਾਂ ਦੇ ਵਰਖਲਾਫ ਬਣਦੀ ਹੋਈ ਕਾਨੂੰਨੀ ਕਾਰਵਾਈ ਕਰਾਂਗੇ ਜੇ ਕੋਈ ਬੋਲਿਆ ਹੋਊਗਾ। ਜੇ ਕਰਨਗੇ ਤਾਂ ਇਸ ਤੋਂ ਬਾਅਦ ਫਿਰ ਇਹਨਾਂ ਦੇ ਅਸੀਂ 133 ਤੈਅ ਪਰਚੇ ਦਰਜ ਕਰਾਂਗੇ ਜੇ ਆਪਣਾ ਇਹ ਫਿਰ ਬਾਹਰ ਸਮਾਨ ਰੱਖਣਗੇ। ਸਰ ਕਿੰਨੇ ਜਣੇ ਅੱਜ ਤੁਸੀਂ ਫੜੇ? ਅੱਜ ਅਸੀਂ 5-6 ਜਣਿਆਂ ਦਾ ਚਲਾਨ ਕੱਟਿਆ ਅਤੇ 2 ਜਣੇ ਫੜੇ। ਤੁਹਾਨੂੰ ਆਖਿਆ ਕਿ ਬੜੀ ਬੜੀ ਕਿਹਾ ਨਾ।
प्यार करना या छुड़वाना, वशीकरण, लव मैरिज, प्रेमी नु मनाना, घर वाले मनाना, पति पत्नी विच झगड़ा, आपसी अणबण, सस नूं दा झगड़ा, किसी दा बेटा किसी दूसरे दे कहने च है या किसी दी बेटी किसी दूसरे दे कहने च है, प्रेमी प्रेमिका च अणबण, विदेश यात्रा, लॉटरी स्पेशलिस्ट, किसी भी समस्या दे लई फोन करो, हर समस्या दा समाधान सिर्फ 3 घंटे विच, विश्व प्रसिद्ध बाबा हरदीप जी, गोल्ड मेडलिस्ट नूं फोन करो जिन्हां दा नंबर है 95012-84753। ते देर किस गल दी, हुणे बाबा हरदीप जी नूं कॉल लगाओ, समाधान पाओ जिन्हां दा नंबर है 95012-84753। जी हाँ।